ताजिकिस्तान ताजिकिस्तान शाहरुख खान सलमान खान शाहरुख खान आई लव इंडिया इंडिया आई एम इंडिया इंडिया बिच वेलकम बैक टू अनदर ब्लॉग गाइस 6:30 बज गए धुप चढ़ गई यार 3 बजे थोड़ा भाई सुत्ता सी रात 5 बजे उठ गया 2 घंटे सुत्ता ब्लॉग पाने के चक्कर च और आ गई धुप अंदर थोड़ा पता तंबू है तो गर्मैश हो गई हूँ पट गई दूजी साइड दा पवन जी चलो लेट्स गो पानी पी रहे हैं यार अपने नजारा आ यार तंबू लाना तो सीख गए चोटी दे कर जा कदे बठिंडे कदे चंडीगढ़ है हां उठे केड़ा फर्क है कैंप लाता अपने कैंप हुण कैंप लाने अपन सीख गए रसिया जा क्या पवन जी जिथे दिल करे उठी कैंप लाता ते खान पीने ते सुपरमार्केट उठे है ये देखो कोले रोड जा रहे इधर मार्केट जी है और पार्क जा बेला सी फाइनली अपने इधर कैंप लाता ते मित्रा दे कैंप विच सारीयां सहूलतां देखो बैग पे अपना लैपटॉप वाला स्लीपिंग बैग आ मेरा फोन भी टुट गया यार मैं गाड़ क्योंकि यार थोड़े रात लेट हो गए सी बज गई सानू 2 ते फिर ब्लॉग पाना सी यार अपलोड करके 3 बजे सुत्ता फिर सवेरे पब्लिश करना सी इंडिया वाले टाइम 5 बजे फिर उठिया फिर मुड़ के नींद नहीं आई क्योंकि उधर धुप सी क्या पावन जी और बाबे और नजारा ही फुल है तो नजारा ही इधर पावन दा कैंप है ਘਰ ਆ ਕੈਂਪ ਨਾ ਕੇ ਬਾਬੇ ਕੈਂਪ ਇੱਥੇ ਮੈਂ ਕਿਹੜਾ ਕੈਂਪ ਲਾਇਆ ਇਹ ਤੇ ਮੈਂ ਤਾਂ ਘਰ ਲਾਇਆ ਆਪਣਾ ਘਰ ਬਣਾਇਆ ਯਾਰ ਤੇ ਡੋਲੀ ਵਾਲਾ ਕੰਮ ਹੈ ਜਿਵੇਂ ਪੁਰਾਣੇ ਜ਼ਮਾਨੇ 'ਚ ਡੋਲੀ ਜੀ ਚੈਵੇਂ ਬਿਠਾ ਕੇ ਲੈ ਜਾਂਦੇ ਨਾ ਉਹੀ ਸਿਸਟਮ ਹੋ ਰਿਹਾ ਜਮਾ ਆ ਜੀ ਖਾਣ ਨੂੰ ਦੋ ਤੁਸੀਂ ਯਾਰ ਕੀ ਕਰੀ ਜਾਂਦੇ ਹੋ ਸਰ ਲੋ ਸਰ ਇਹ ਲੋ ਚੱਕ ਦੋ ਚੌਕਲੇਟਾਂ ਨੂੰ ਕਿਉਂਕਿ ਯਾਰ ਖਾਣਾ ਜ਼ਰੂਰੀ ਹੈ ਨਾਲ ਕੀ ਪਤਾ ਕਿੱਥੇ ਰਾਤ ਕੱਟਣੀ ਪੈ ਜੇ ਫੱਕਰ ਵਾਲਾ ਕੰਮ ਹੈ ਆਪਣਾ ਜਿੱਥੇ ਰਾਤ ਪਵੇ ਉੱਥੇ ਸੌਂ ਜਾਈਦਾ ਤੇ ਯਾਰ ਜਿਹੜੇ ਗੋਰੇ ਦੀ ਗੱਡੀ 'ਚ ਰਾਤ ਅਸੀਂ ਲਿਫਟ ਲੈ ਕੇ ਆਏ ਸੀ ਉਹਨੇ ਪਿੱਛੇ ਬਾਰਬੀਕਿਊ ਪਰ ਤੁਸੀਂ ਦੇਖਿਆ ਉਹਨਾਂ ਦੀ ਪਿੱਛੋਂ ਡੱਗੀ ਭਰੀ ਹੋਈ ਸੀ ਬਾਰਬੀਕਿਊ ਦਾ ਸਾਰਾ ਕੁਝ ਵਿੱਚੇ ਸੀ ਐਂ ਆਪਾਂ ਵੀ ਕਦੇ ਹਿਮਾਚਲ ਘੁੰਮਾਂਗੇ ਫਿਰ ਜ਼ਿੰਦਗੀ 'ਚ ਜਾ ਉੱਥੇ ਕੈਂਪਿੰਗ ਕਰਾਂਗੇ ਪੂਰੀ ਬੈਨਿਟੀ ਬੈਨ ਲੈ ਕੇ ਜਾਵਾਂਗੇ ਫਿਰ ਬਾਬਾ ਸੁੱਖ ਰੱਖੇ ਮਹਿੰਗੀ ਜਿਹੀ ਗੱਡੀ ਲਿਆਵਾਂਗੇ ਜਿਹ 'ਚ ਸਾਰਾ ਕਿਉਂ ਬਾਬਨ ਜੀ ਫਿਰ ਇੰਡੀਆ ਘੁੰਮਾਂਗੇ ਇਹ ਤਾਂ ਸਵਾਦ ਹੀ ਆ ਜਾਣਾ ਫਿਰ ਤਾਂ ਸਾਰਾ ਕੈਂਪਿੰਗ ਵਿੱਚ ਹੀ ਰੱਖਿਆ ਕਰਾਂਗੇ ਖਾਣ ਪੀਣ ਵਾਲਾ ਫਿਰ ਦੁਬਾਰੇ ਫਿਰ ਘੁੰਮਾਂਗੇ ਇੰਡੀਆ ਤੇ ਕੈਂਪ ਲਾ ਕੇ ਕੋਲੇ ਨਹਿਰ ਦਾ ਪਾਣੀ ਚੱਲਦਾ ਹੋਵੇ ਸਵਾਦ ਹੀ ਲੱਗ ਹੈ ਤੇ ਬਸ ਰੰਗ ਹੀ ਲੱਗ ਜੂਗਾ ਯਾਰ ਆਪਣੇ ਕੈਂਪ ਕੰਪ ਉੱਥੇ ਸੁੱਕਣੇ ਪਾਤੇ ਆਪਾਂ ਨੇ ਕਿਉਂਕਿ ਹੇਠਾਂ ਸਲੈਬ ਜੀ ਸੀ ਤਾਂ ਗਿੱਲੇ ਹੋ ਗਏ ਤੇ ਪਵਨ ਜੀ ਲੈਣ ਗਏ ਸੀ ਸਮਾਨ ਖਾਣ ਪੀਣ ਦੇਖੋ ਲੈ ਆਏ ਦੁੱਧ ਇਹ ਦੁੱਧ ਹੈ ਮਲਕੋ 2 ਬੈਡ 5 ਫੈਟ ਵਾਲਾ 2 ਲੀਟਰ ਲੈ ਆਇਆ ਝੋਟਾ ਤੇ ਆਹ ਸਭ ਤੋਂ ਫੇਵਰੇਟ ਚੀਜ਼ ਆਪਣੀ ਤੇ ਆਹ ਵੀ ਫੇਵਰੇਟ ਹੈ ਸੇਵ ਤੇ ਸਵਾਦ ਆ ਰਿਹਾ ਪੂਰਾ ਜ਼ਿੰਦਗੀ ਦਾ ਆਨੰਦ ਲੈ ਰਹੇ ਹਾਂ ਰੇਟ ਤਾਂ ਸਾਰੇ ਦਾ 500 ਰੁਪਿਆ 500 ਦਾ ਆਇਆ ਸਾਰਾ ਜੰਗਾਡਮੈਂਟ 2 ਰੁਪਿਆ ਲੱਗਾ ਹਾਂ ਤੇ ਨਜ਼ਾਰਾ ਆ ਰਿਹਾ ਯਾਰ ਸੌ ਕੇ ਨੀਂਦ ਪੂਰੀ ਹੋ ਗਈ ਸਵਾਦ ਆ ਗਿਆ ਪਰ ਧੁੱਪ ਨੇ ਹੁਣ ਫਿਰ ਪਰੇਸ਼ਾਨ ਕੀਤਾ ਸਾਨੂੰ ਕਿਉਂਕਿ ਮੈਂ ਦੌਰਾ ਟੈਂਟ ਸੀ ਮੇਰਾ ਇਹਦੇ ਨਾਲ ਜੋ ਮੇਰੇ ਨਾਲ ਹੋਈ ਸੀ ਪਹਿਲਾਂ ਉਹ ਇਹਦੇ ਨਾਲ ਹੋ ਗਈ ਕਿਉਂਕਿ ਪਹਿਲਾਂ ਮੇਰਾ ਤਾਂ ਟੈਂਟ ਧੁੱਪ ਸਾਈਡ ਸੀ ਖੇਡ ਕੇ ਉਰਾਂ ਲਾਇਆ ਪਹਿਲਾਂ ਮੈਨੂੰ ਐਤਕੀ ਇਹਨੂੰ ਧੁੱਪ ਲੱਗੀ ਇਹਦੇ ਪਹਿਲਾਂ ਮੈਂ ਟਾਈਮ ਨਾਲ ਹੀ ਬੁੱਕ ਕਰਕੇ ਆਪਦਾ ਨਿਬੇੜ ਕੇ ਛੱਡਦਾ 10 ਮਿੰਟ ਲੱਗੇ ਬਸ ਆਪਣੇ ਵਾਲਾ ਤਾਂ ਉਹ ਪਿਆ ਦੇਖੋ ਲੈ ਮਿੱਤਰੋ 11:50 ਵੱਜ ਗਏ ਆਪਾਂ ਆਏ ਹਾਂ KFC ਇੱਥੇ ਗੈਸ ਸਟੇਸ਼ਨ 'ਤੇ KFC ਹੈ ਤਾਂ ਬਲੌਗ ਐਡਿਟ ਕਰਨਾ ਹੈ ਆਪਾਂ ਨੇ ਕੈਂਪਿੰਗ ਕੀਤੀ ਸੀ ਪਾਰਕ 'ਚ ਬਲੌਗ ਆਪਣਾ ਐਡਿਟ ਹੋ ਗਿਆ ਸਾਰਾ ਅਤੇ ਇੱਧਰ ਆਪਣੇ ਬੈਠੇ ਨੇ ਪਵਨ ਜੀ ਕਿਉਂ ਪਵਨ ਜੀ ਤੁਸੀਂ ਬਲੌਗ ਐਡਿਟ ਕਰ ਰਹੇ ਹੋ ਹੋਰ ਅਤੇ ਨਜ਼ਾਰਾ ਆ ਰਿਹਾ ਯਾਰ ਬਸ 2 ਦਿਨ ਨੇ ਸਾਡੇ ਲਾਸਟ ਉਹ ਤੋਂ ਬਾਅਦ ਅਸੀਂ ਸਰਬੀਆ ਵਾਸਤੇ ਫਲਾਈ ਕਰਾਂਗੇ ਅਤੇ ਬਲੌਗ ਬੜਾ ਘੈਂਟ ਹੈ ਲੈ ਮਿੱਤਰੋ ਆਪਣੇ ਬਲੌਗ ਐਡਿਟ ਹੋ ਗਏ ਵੱਜ ਗਏ 2 ਅਤੇ ਉਰੇ ਫੁੱਲਾਂ ਵਾਲੀ ਵੀ ਮਸ਼ੀਨ ਲੱਗੀ ਹੋਈ ਹੈ ਜੇ ਤੁਸੀਂ ਨੇ ਫੁੱਲ ਲੈਣੇ ਨੇ ਪੈਸੇ ਪਾਓ ਫੁੱਲ ਨਿਕਲ ਜਾਣਗੇ ਸਿਲੈਕਟ ਕਰੋ ਇਹ ਸਟੋਰ ਹੈ ਕਿਉਂ ਪਵਨ ਜੀ ਆ ਇੰਨਾ ਸਮਾਨ ਚੱਕ ਕੇ ਲੈ ਕੇ ਆਏ ਸੀ ਆਪਾਂ ਆ ਗਏ ਉਰੇ ਸਟੋਰ 'ਚ ਵੱਡੇ ਸਾਰਾ ਬਹੁਤ ਵੱਡਾ ਸਟੋਰ ਹੈ ਕਿਉਂਕਿ ਮੇਰੇ ਯਾਰ ਹੇਅਰ ਵਾਲੇ ਗਰੋ ਕਰ ਰਹੇ ਨੇ ਬੀਅਰਡ ਦੇ ਵੀ ਤਾਂ ਮੈਂ ਟ੍ਰਿਮਰ ਲੈਣਾ ਕਿਉਂਕਿ ਮੈਂ ਘਰੇ ਭੁੱਲਿਆ ਟ੍ਰਿਮਰ ਅਤੇ ਬਾਕੀ ਬਹੁਤ ਵੱਡਾ ਸਟੋਰ ਹੈ ਦੇਖੋ ਸਾਰਾ ਇਲੈਕਟ੍ਰੋਨਿਕ ਏਰੀਆ ਆ ਗਿਆ ਅਤੇ ਤੁਸੀਂ ਨੇ ਕੀ ਲੈਣਾ ਪ੍ਰੈਸਾਂ ਪਰੋਸਾਂ ਇਹ ਪਈਆਂ ਨੇ ਸਾਰੀਆਂ ਦੇਖੋ ਸਾਰਾ ਜੰਗਾਡਮੈਂਟ ਆ ਪਏ ਨੇ ਜੂਸਰ ਜੇ ਗਰੈਂਡਰ ਜੇ ਆ ਪਈਆਂ ਨੇ ਡਰਾਇਰਾਂ ਅਤੇ ਆਹ ਵੀ ਡਰਾਇਰ ਪਈ ਹੈ ਡਰਾਇਰ ਤਾਂ ਆਪਾਂ ਲੈਣੀ ਨਹੀਂ ਇਹ ਸਾਰੀਆਂ ਡਰਾਇਰਾਂ ਵਾਲਾ ਕੰਪਾਰਟਮੈਂਟ ਜਾ ਗਿਆ ਪਰ ਮੈਂ ਟ੍ਰਿਮਰ ਹਲਕਾ ਜਿਹਾ ਲਊਂਗਾ ਜ਼ਿਆਦਾ ਹੈਵੀ ਨਹੀਂ ਲੈਂਦਾ ਕਿਉਂਕਿ ਵੇਟ ਪਹਿਲਾਂ ਹੀ ਬਹੁਤ ਜ਼ਿਆਦਾ ਹੈ ਤਾਂ ਉਹ ਕੈਰੀ ਕਰਨਾ ਔਖਾ ਹੋ ਜੂਗਾ ਅਤੇ ਮੈਂ ਕਿਉਂ ਕੱਟ ਰਿਹਾ ਦਾੜੀ ਕਿਉਂਕਿ ਅਸੀਂ ਨੇ ਅਗਲੀ ਕੰਟਰੀ 'ਚ ਜਾਣਾ ਅਤੇ ਕੱਲ੍ਹ ਦਾ ਦਿਨ ਹੈ ਪਰਸੋਂ ਤਾਂ ਫਲਾਈ ਕਰਾਂਗੇ ਜਹਾਜ਼ ਚੜ੍ਹ ਜਾਏ ਕੱਲ੍ਹ ਨੂੰ ਕਰੋਨਾ ਟੈਸਟ ਕਰਾਵਾਂਗੇ ਅਤੇ ਆਹ ਟ੍ਰਿਮਰ ਹੈ
ਕਾਫੀ ਵੈਰਾਈਟੀ ਯਾਰ ਉਰੇ ਟ੍ਰਿਮਰਾਂ ਦੀ, ਦੇਖੋ ਆਹ ਪਈ ਹੈ, ਆਹ ਪਈ ਹੈ, ਆਹ ਸਾਰੀਆਂ ਟ੍ਰਿਮਰਾਂ ਨੇ, ਸਾਰੀਆਂ ਆਹ ਪਈਆਂ ਨੇ। ਹੁਣ ਮੈਂ ਕਨਫਿਊਜ਼ ਹਾਂ ਕਿਹੜੀ ਲਵਾਂ ਕਿਹੜੀ ਨਾ। ਆਹ ਲੈ ਲਈ ਆਪਾਂ ਨੇ ਟ੍ਰਿਮਰ 900 ਦੀ ਹੈ, ਬਿਟੇਕ ਕੰਪਨੀ ਹੈ ਕੋਈ ਰਸ਼ੀਆ ਦੀ, ਵਧੀਆ ਯਾਰ। ਮੈਂ ਸਰਚ ਕੀਤੀ ਅਤੇ ਇਹਦੇ ਬਲੇਡ ਬਲੂਡ ਮੈਂ ਬਦਲਣੇ ਨਹੀਂ ਪੈਂਦੇ, ਐਂ ਐਡਜਸਟ ਹੋ ਜਾਂਦੇ ਨੇ। ਸੋ ਅੱਗੇ ਆਪਾਂ ਹੋਰ ਤੁਹਾਨੂੰ ਦਿਖਾਉਂਦੇ ਸਟੋਰ। ਆਹ ਵੱਡੇ ਵੱਡੇ ਉਹ ਭਾਈ ਨੇ ਬੂਫਰ ਜੇ ਹੁੰਦੇ ਨੇ ਜਿਹੜੇ, ਦੇਖੋ ਜਦੋਂ ਗਾਣਾ ਸ਼ੂਟ ਕਰਿਆ ਕਰਦੇ ਲਾ ਜਾਂਦਾ ਨਾ ਸਪੀਕਰ ਜਿਹਾ, ਉਹ ਵੀ ਜੰਗਾਰਮੈਂਟ ਹੈ। ਇੱਧਰ ਜਵਾਕਾਂ ਦੇ ਖਿਡੌਣੇ ਆ ਗਏ ਦੇਖ ਲਓ ਯਾਰ। ਆਹ ਸਟੋਰ 'ਚ ਕੋਕ ਸਸਤੀ ਹੈ ਉਰੇ, ਆਹ ਦੇਖੋ 90 ਰੁਪਈਆਂ ਦੀ ਹੈ, ਉੱਦਾਂ ਉਰੇ 140 150 ਦੀ ਮਿਲਦੀ ਹੈ ਕੋਕ, ਉਰੇ ਸਟੋਰ 'ਚ 90 ਰੁਪਈਆਂ ਦੀ ਹੈ। ਬਾਕੀ ਇੱਧਰ ਕੱਪੜਿਆਂ ਵਾਲਾ ਜੰਗਾਰਮੈਂਟ ਆ ਗਿਆ, ਦੇਖ ਸਕਦੇ ਹੋ ਤੁਸੀਂ, ਆਹ ਫਿਰਦੀ ਹੈ ਆਪਣੀ ਭੋਲੀ। ਅਤੇ ਕਾਫੀ ਵੱਡਾ ਸਟੋਰ ਹੈ ਯਾਰ। ਬੀਅਰਾਂ ਆ ਗਈਆਂ, ਆਹੀ ਅਲਕੋਹਲ ਹੈ ਨਾ, ਆਹ ਪਈਆਂ ਨੇ ਬੀਅਰਾਂ 39 ਰੁਪਈਆਂ ਦੀ ਹੈ ਜੀ। ਤੁਹਾਨੂੰ ਹੋਰ ਦਿਖਾਉਣਾ ਦਾਰੂ, ਉਰੇ ਸਾਰਾ ਕੁਛ ਵਾਧੂ ਹੈ ਯਾਰ, ਕਿਉਂਕਿ ਉਰੇ ਮੈਂ ਦਾਰੂ ਪ੍ਰਮੋਟ ਨਹੀਂ ਕਰਦਾ, ਔਰ ਉਹਦਾ ਲਾਈਫ ਸਟਾਈਲ ਹੈ, ਤਾਂ ਫਿਰ ਜੇ ਤੁਹਾਨੂੰ ਲਾਈਫ ਸਟਾਈਲ ਇਹਨਾਂ ਦਿਖਾਇਆ ਫਿਰ ਕਾਹਦਾ ਹੈ ਨਾ। ਕਈ ਕਹਿੰਦੇ ਨੇ ਯਾਰ ਤੂੰ ਬਲੌਗ ਦੇ ਤੇਰਾ ਕੈਮਰਾ ਖਰਾਬ, ਅਸਲ 'ਚ ਮੈਂ ਉਹ ਕਲਰ ਕਰੈਕਸ਼ਨ ਕਰ ਦਿੰਦਾ, ਕਲਰ ਚੇਂਜ ਕਰ ਦਿੰਦਾ ਵੀ ਵਧੀਆ ਲੱਗੇ, ਕਈਆਂ ਨੂੰ ਉਹ ਚੀਜ਼ਾਂ ਵਧੀਆ ਹੀ ਲੱਗਦੀ, ਤਾਂ ਹੁਣ ਤੋਂ ਮੈਂ ਉਹ ਚੀਜ਼ਾਂ ਨਹੀਂ ਕਰਦਾ, ਕਿਉਂਕਿ ਉਹਦੇ ਨਾਲ ਟਾਈਮ ਵੀ ਜ਼ਿਆਦਾ ਲੱਗਦਾ ਮੇਰਾ, ਤੁਹਾਨੂੰ ਪਸੰਦ ਵੀ ਨਹੀਂ ਆਉਂਦੀ। ਅਤੇ ਬਾਕੀ ਯਾਰ ਤੁਸੀਂ ਕਹਿੰਦੇ ਹੋ ਵੀ 20 ਮਿੰਟ ਦਾ ਬਣਾ, ਫਿਰ ਮੈਂ ਜ਼ਿਆਦਾ ਯਾਰ ਲੰਬੀ ਨਹੀਂ ਕੋਈ ਚੀਜ਼ ਖਿੱਚਣੀ ਚਾਹੁੰਦਾ ਹੁੰਦਾ, ਜਿਵੇਂ ਉਹ ਬੋਟ ਰਾਈਡ ਵਾਲਾ ਬਲੌਗ ਸੀ, ਹੁਣ 8 ਮਿੰਟਾਂ 'ਚ ਹੀ ਕਵਰ ਕਰਿਆ, ਹੁਣ ਉੱਥੇ 15 ਮਿੰਟਾਂ ਦਾ ਕੀ ਕਵਰ ਕਰਦਾ ਜੀ, ਊਂ ਜੇ ਗੱਲਾਂ ਸੁਣਾਈ ਜਾਂਦਾ ਤੁਹਾਨੂੰ ਉਹਦਾ ਕਿਆ ਸੁਭਾਅ। ਆਹ ਦੇਖੋ ਇਹ ਬੀਅਰਾਂ ਹੀ ਬੀਅਰਾਂ ਨੇ ਉਰੇ, ਆਹ ਵੀ ਦੇਖੋ ਆਹ ਬੀਅਰ ਬੜੀ ਫੇਮਸ ਉਰੇ, ਇਹ 50 ਰੁਪਈਆਂ ਦੀ ਹੈ। ਆਹ ਦੇਖੋ ਬੀਅਰਾਂ ਜੀ, ਬੀਅਰਾਂ ਦਾਰੂ ਹੀ ਦਾਰੂ ਹੈ, ਆਹ ਪਈ ਹੈ ਸਟੋਰ ਕਰੀ। ਰਸ਼ੀਆ 'ਚ ਜੇ ਤੁਸੀਂ ਨੇ ਕਾਰੋਬਾਰ ਚਲਾਉਣਾ ਹੈ ਨਾ, ਤਾਂ ਕਰਿਆਨੇ ਦੀ ਦੁਕਾਨ ਖੋਲ੍ਹ ਲਓ, ਕਿਉਂਕਿ ਉਰੇ ਠੇਕੇ ਦਾ ਲਾਇਸੈਂਸ ਤਾਂ ਲੈਣਾ ਨਹੀਂ ਪੈਂਦਾ ਦਾਰੂ ਵਾਸਤੇ, ਦਾਰੂ ਬਹੁਤ ਮਹਿੰਗੀ ਵਿਕਦੀ ਹੈ, ਕਿਉਂਕਿ ਸਟੋਰ 'ਚ 10 ਵਜੇ ਤੋਂ ਬਾਅਦ ਦਾਰੂ ਨਹੀਂ ਬੰਦਾ ਉਰੋਂ ਖਰੀਦ ਸਕਦਾ ਅਲਕੋਹਲ, ਤਾਂ ਜਿਹੜੇ ਬਾਹਰ ਦੁਕਾਨਾਂ ਵਾਲੇ ਨੇ ਉਹ 50-100 ਦੀ ਵੇਚਦੇ ਨੇ ਕਮਾਈ। ਆਹ ਪਈ ਹੈ ਵਰਾਇਟੀ ਜੀ, ਦੇਖੋ ਬਸ ਨੇਰੇ ਇੰਨੀ ਦਾਰੂ ਤਾਂ ਪੰਜਾਬ ਦੇ ਮੈਨੂੰ ਲੱਗਦਾ 10-20 ਠੇਕਿਆਂ 'ਚ ਹੋਣੀ, ਜਿੰਨੀ ਉਰੇ ਇੱਕ ਸਟੋਰ 'ਚ ਹੁੰਦੀ। ਦੇਖੋ ਲਹਿਰਾ ਜੱਟ ਕਿਹੜੀ ਲਈ ਹੈ, ਬੋਰਡ ਐਕਸ ਮਹਿੰਗੀ ਲਈ ਹੈ ਝੋਟੇ ਨੇ, ਅਤੇ ਆਹ ਦੇਖੋ ਆਹ ਪਈਆਂ ਨੇ ਇੱਧਰ ਸਾਰੀਆਂ, ਅਤੇ ਬਹੁਤ ਸਵਾਦ ਵਾਲੀ ਗੱਲ ਹੈ, ਪੂਰਾ ਨਜ਼ਾਰਾ ਹੈ। ਆਹ ਸਟੋਰ ਹੈ ਅਤੇ ਆਹ ਵੀ ਕੁਛ ਪਿਆ, ਦਾਰੂ ਥੋੜ੍ਹੀ ਮੁੱਕੀ ਆ, ਹਜੇ ਮੁੱਕ ਹੈਗੀ ਹੈ, ਦੇਖੋ ਵੱਡੀਆਂ ਵੱਡੀਆਂ ਬੋਟਲਾਂ ਆ ਗਈਆਂ, 619 ਦੀ ਹੈ ਬੋਟਲ, ਇੰਨੀ ਸੋਹਣੀ ਬੋਟਲ 619 ਰੁਪਈਆਂ ਦੀ ਹੈ, ਇਹ ਸ਼ਾਇਦ ਕਿਸੇ ਹੋਰ ਕੰਟਰੀ ਦੀ ਬਣੀ ਹੋਈ ਹੈ। ਦੇਖੋ ਇੱਕ ਉਰੇ ਸ਼ੈਂਪੇਨ ਬਹੁਤ ਸਸਤੀ ਯਾਰ, 200 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ, ਆਹ ਦੇਖੋ 196 ਰੁਪਈਆਂ ਦੀ ਹੈ ਸ਼ੈਂਪੇਨ, ਆਹ ਸਾਰੀ ਸ਼ੈਂਪੇਨ ਹੈ। ਉਰੇ ਰੈੱਡ ਲੈਵਲ ਦੀ ਬੋਤਲ 1500 ਰੁਪਈਏ ਦੀ ਹੈ, ਇਹ ਸਾਰੀ ਇਹ 600 ਰੁਪਈਏ ਦੀਆਂ ਨੇ ਸਾਰੀਆਂ ਬੋਤਲਾਂ, ਅਤੇ ਇਹ ਤੋਂ ਬਾਅਦ ਸਸਤੀ ਆ ਗਈ ਆਪਣੀ, ਛੋਟੇ ਪੈਕ ਆ ਗਏ, ਆਹਦੀ ਆ ਗਿਆ, ਆਹਦੀ ਹੈ ਮਿਰਚਾਂ ਮੁਰਚਾਂ ਵਾਲਾ ਫਲੇਵਰ ਹੈ। ਇੰਨੇ ਇੰਨੇ ਡੱਬੇ ਬਾਹਰ ਜਾਂਦੇ ਨੇ ਸਟੋਰ 'ਚੋਂ, ਦੇਖੋ ਕਿੰਨੀ ਵਿਕ, ਇਹ ਸਾਰੇ ਜੂਸ ਆ ਗਏ ਯਾਰ, ਇਹ ਸਾਰੇ ਜੂਸ ਨੇ, ਅਨਾਰਾਂ ਦਾ ਜੂਸ ਆ ਗਿਆ, ਇਹ ਸਾਰਾ ਜੂਸ ਵਾਲਾ ਡਿਪਾਰਟਮੈਂਟ ਆ ਗਿਆ, ਆਹ ਪਾਣੀ ਆ ਗਿਆ, ਬਹੁਤ ਵੱਡਾ ਸਟੋਰ ਹੈ ਇਹ, ਦੇਖੋ ਆਹ ਬੀਅਰਾਂ ਆ ਗਈਆਂ, ਹੋਰ ਬੀਅਰਾਂ ਆ ਗਈਆਂ, ਜਿਵੇਂ ਮਿਲਰ ਉਰੇ 65 ਦੀ ਹੈ, ਉਹ 50 ਰੁਪਈਆਂ ਦੀ ਹੈ, 42 ਉਰੇ ਮਹਿੰਗੀ ਹੈ, ਸਟੋਰ 'ਚ ਕਈ ਬੀਅਰਾਂ ਮਹਿੰਗੀਆਂ ਨੇ, ਉੱਧਰ ਮੈਂ ਪੁਰਾਣੇ ਬਲੌਗ 'ਚ ਦਿਖਾਈਆਂ 'ਚ ਉਹਦਾ ਸਸਤੀਆਂ ਸੀ ਹੈ ਨਾ, ਤਾਂ ਉਰੇ ਅਲੱਗ ਅਲੱਗ ਸਟੋਰਾਂ 'ਚ ਅਲੱਗ ਅਲੱਗ ਰੇਟ ਹੁੰਦਾ ਯਾਰ। ਅਤੇ ਆਹ ਦੇਖੋ ਇਹ ਸਾਰੀਆਂ ਬੀਅਰਾਂ ਆ ਗਈਆਂ, 49 ਰੁਪਈਆਂ ਦੀ ਬੀਅਰ ਆ ਗਈ, ਕਿਹੜੀ ਹੈ ਉਰੇ ਦਾ ਪਤਾ ਨਹੀਂ, ਕਾਫੀ ਬ੍ਰਾਂਡ ਨੇ, ਆਹ ਕੋਜ਼ਲ ਆ ਗਈ, ਕੋਜ਼ਲ 49 ਦੀ ਹੈ ਬਾਈ, ਅਤੇ ਆ ਗਈਆਂ ਕਾਫੀਆਂ, ਸਾਰੀਆਂ ਬੀਅਰਾਂ ਨੇ, ਬਹੁਤ ਬ੍ਰਾਂਡ ਨੇ ਯਾਰ, ਵਰਾਇਟੀ ਹੈ ਵਰਾਇਟੀ ਹੈ। ਉਹ ਸਾਰੇ ਕੇਨ ਸੀ ਇਹ ਬੋਟਲਾਂ ਆ ਗਈਆਂ, ਸਾਰੀਆਂ ਬੋਟਲਾਂ ਬੀਅਰਾਂ ਦੀਆਂ, ਕੋਜ਼ਲ ਦੀ ਆ ਗਈ, ਇਹ ਆ ਗਈ ਆਪਣੀ ਪਤਾ ਨਹੀਂ ਕਿਹੜੀ ਹੈ, ਬੱਕਰ ਪਤਾ ਨਹੀਂ, ਕਰੋਨਾ ਦੀ ਵੀ ਬੀਅਰ ਆ ਗਈ, ਕਰੋਨਾ ਬੀਅਰ ਗੋਆ 'ਚ ਵੀ ਹੈਗੀ ਸੀ ਇਹ, ਅਤੇ ਟਵਰਗ ਉਰੇ ਬੋਟਲ ਵਾਲੀ ਹੈਗੀ ਹੈ 50 ਰੁਪਈਆਂ ਦੀ, ਆਹ 50 ਦੀ ਹੈ ਦੇਖੋ ਟਵਰਗ, ਇਹ ਮੇਰੇ ਖੱਬੇ ਸਾਈਡ ਆ ਗਿਆ, ਹਾਰ ਸ਼ਿੰਗਾਰ ਵਾਲਾ ਸਮਾਨ ਆ ਗਿਆ, ਸਾਰੇ ਟੂਥਪੇਸਟ, ਸਾਰੀਆਂ ਜਿਹੜੀਆਂ ਵੀ ਕਰੀਮਾਂ ਕਰੂਮਾਂ ਬਣੀਆਂ ਲਾਉਂਦੀਆਂ ਨੇ ਔਰਤਾਂ, ਆਹ ਸਾਰੀਆਂ ਗਾਰਨੀਅਰ ਦਾ ਜੰਗਾਰਮੈਂਟ ਆ ਗਿਆ, ਦੇਖੋ ਸਾਰੀਆਂ ਔਰਤਾਂ ਵਾਲਾ ਸਮਾਨ ਆ ਗਿਆ, ਬੀਬੀਆਂ ਦਾ ਲਿਪਸਟਿਕ, ਇਹ ਵੋ ਆਈਲਾਈਨਰ ਖਰੀਦ ਰਹੀ ਹੈ ਨਾ ਗੋਰੀ ਜੱਟੀ, ਸੋ ਆਨੰਦ ਹੀ ਆਨੰਦ ਹੈ। ਪਰ ਉਰੇ ਯਾਰ ਥੋੜ੍ਹਾ ਜਿਹਾ ਮਹਿੰਗਾ ਸਿਸਟਮ, ਜਿਵੇਂ ਜਿਹੜੀ ਕੋਲਗੇਟ ਹੈ ਮੈਂ ਕੱਲ੍ਹ ਲੈ ਗਿਆ ਸੀ ਕਲੋਜ਼ ਅਪ, 150 ਦੀ ਪਈ ਮੈਨੂੰ, ਆ ਨੀਵੀਆ ਦਾ ਆ ਗਿਆ ਬਈ,
ਤੇ ਆ ਦੇਖੋ ਫਿਰਦੀਆਂ ਨੇ ਭਾਈ ਬੈਗ ਮੋਢਿਆਂ ਦੇ ਤੇ ਇਹ ਮੈਨੂੰ ਪਤਾ ਨਹੀਂ ਕੀ ਚੀਜ਼ ਹੈ ਇਹ ਉਹ ਆ ਗਈਆਂ ਰੇਜ਼ਰਾਂ ਰੂਜ਼ਰਾਂ ਬਲੇਡ ਬਲੂਡ ਜੇ ਇੱਧਰ ਆਪਣੇ ਆ ਗਏ ਇਹ ਆ ਗਏ ਬੋਡੀ ਸਪਰੇ ਪਰਫਿਊਮ ਪਰਫਾਮ ਜੇ ਬਸ ਆਹੀ ਜਗਾੜ ਮੈਟਰ ਹੁਣ ਆਪਾਂ ਨੇ ਖਰੀਦਣਾ ਹੈ ਦੁੱਧ ਕਿਉਂਕਿ ਦੁੱਧ ਲੈ ਕੇ ਜਾਣਾ ਯਾਰ ਭੁੱਖ ਲੱਗ ਰਹੀ ਹੈ ਖਾਣ ਨੂੰ ਵੀ ਕੁਛ ਲੈਣਾ ਹੈ ਸੋ ਇੱਕ ਉਹ ਲੇਜ਼ ਵੀ ਸਿਆਬ ਦੇ ਨਾਲ ਹੀ ਲੈਣੇ ਪੈਂਦੇ ਨੇ ਕਈਆਂ 'ਚ ਤਾਂ ਬੀਫ ਵਾਲਾ ਫਲੇਵਰ ਹੁੰਦਾ ਅਤੇ ਲੇਜ਼ ਉਹਰੇ ਮਹਿੰਗੇ ਨੇ 120 ਰੁਪਈਆਂ ਦਾ ਪੈਕਟ ਹੁੰਦਾ 20-30 ਵਾਲਾ ਪੈਕਟ ਪੈਕਿੰਗ ਮਿਲਦੀ ਹੀ ਨਹੀਂ ਉਰੇ ਯਾਰ ਆਪਾਂ ਨੇ ਦੁੱਧ ਖਰੀਦਣਾ ਹੈ ਅਤੇ ਤੁਹਾਨੂੰ ਇੱਕ ਨੌਲੇਜ ਦੀ ਗੱਲ ਦੱਸਦਾ ਅੱਜ ਜਿਹੜਾ ਤੁਸੀਂ ਨੇ ਇੱਥੇ ਦੁੱਧ ਖਰੀਦਣਾ ਇੱਕ UHT ਹੁੰਦਾ ਉਹ ਤੋਂ ਬਿਨਾਂ ਵਾਲਾ ਖਰੀਦਣਾ ਕਿਉਂਕਿ ਮੈਨੂੰ ਆਪਣੇ ਭਰਾ ਨੇ ਯੂਰਪ ਵਾਲੀ ਕੰਟਰੀ ਦਾ ਰਹਿੰਦਾ ਉਹਨੇ ਮੈਨੂੰ ਮੈਸੇਜ ਕਰਿਆ ਸੀ ਕਿ ਜਿਹੜਾ UHT ਵਾਲਾ ਦੁੱਧ ਹੁੰਦਾ ਉਹ ਜੇ ਖਰੀਦ ਲਿਆ ਤਾਂ ਤੁਸੀਂ ਉਹਨੂੰ ਉਬਾਲ ਕੇ ਪੀਣਾ ਪਊਗਾ ਕਿਉਂਕਿ ਉਹ 'ਚ ਕੁਛ ਕੈਮੀਕਲ ਪਤਾ ਨਹੀਂ ਕੀ ਕਰਿਆ ਹੁੰਦਾ ਵੀ ਤਾਂ ਜੋ ਲੌਂਗ ਟਾਈਮ ਵਾਸਤੇ ਸਟੋਰ ਕੀਤਾ ਜਾਵੇ ਜਿਹੜਾ ਬਿਨਾਂ UHT ਵਾਲਾ ਹੁੰਦਾ ਉਹ ਥੋੜ੍ਹੇ ਟਾਈਮ ਰਹਿੰਦਾ ਪਰ ਉਹਨੂੰ ਐਂ ਤੁਸੀਂ ਕੱਚੇ ਨੂੰ ਵੀ ਪੀ ਸਕਦੇ ਹੋ ਦੇਖੋ ਮਲੱਕੋ 2.5 ਹੈ ਇੱਕ ਆ ਟੈਟਰਾ ਪੈਕਿੰਗ ਵਾਲਾ ਵਧੀਆ ਹੁੰਦਾ ਯਾਰ ਇਹ 'ਚ 2.5% ਫੈਟ ਹੈ ਹੁਣ ਇਹ ਉਰੇ ਐਂ ਵੀ ਆਉਂਦਾ ਦੇਖੋ ਪਵਨ ਜੀ ਮੈਨੂੰ ਲੱਗਦਾ ਇਹ ਲੈ ਕੇ ਗਏ ਸੀ ਸੋ ਪਵਨ ਜੀ ਨੂੰ ਆਪਾਂ ਅਤੇ ਆਪਣੇ ਵਾਸਤੇ ਆਪਾਂ ਨੇ ਇਹ ਦੁੱਧ ਲੈ ਲਿਆ ਆਪਣੇ ਪਿੱਛੇ ਜਿਹੜਾ ਸਾਰਾ ਕੁਛ ਇਹ ਸੈਲਡ ਜਿਹਾ ਹੈ ਜਿਵੇਂ ਆਪਣੇ ਸਲਾਦ ਹੁੰਦਾ ਇੱਥੇ ਮਿਲਦਾ ਸਟੋਰ 'ਚ ਖਾਣ ਪੀਣ ਨੂੰ ਵੀ ਚੀਜ਼ਾਂ ਐਂ ਵੀ ਮਿਲਦੀਆਂ ਨੇ ਲਾਈਕ ਦਿਸ ਆਹ ਸਾਰਾ ਚਿਕਨ ਆ ਗਿਆ ਚਿਕਨ ਦੇ ਪੀਸ ਆ ਗਏ ਦੇਖੋ ਇੱਕ ਚਿਕਨ ਦਾ ਪੀਸ ਹੈ ਜਿਹੜਾ 100 ਗ੍ਰਾਮ ਦਾ ਉਰੇ ਕਿਲੋਆਂ ਦੇ ਹਿਸਾਬ ਨਾਲ ਨਹੀਂ ਮਿਲਦਾ ਉਰੇ ਪੀਸ ਦੇ ਹਿਸਾਬ ਨਾਲ ਮਿਲਦਾ 100 ਗ੍ਰਾਮ ਦਾ ਮੁਰਗੇ ਦੀ ਲੈਗ 100 ਰੁਪਏ ਦੀ ਮਿਲਦੀ ਹੈ ਸਿੱਧੀ ਜਿਹੀ ਗੱਲ ਹੈ ਆਹ ਦੇਖੋ ਆਹ ਸਲਾਦ ਸਲੂਦ ਜਿਹਾ ਪਿਆ ਸਾਰਾ ਅਤੇ ਆਪਾਂ ਕੁਛ ਹੋਰ ਖਾਣਾ ਚਿਕਨ ਚੁਕਨ ਨਹੀਂ ਮੈਂ ਖਾਂਦਾ ਯਾਰ ਮੈਨੂੰ ਵਧੀਆ ਲੱਗਦਾ ਚਿਕਨ ਆਹ ਦੇਖੋ ਆਹ ਸ਼ਾਇਦ ਪੀਜ਼ਾ ਹੈ ਮੈਂ ਵੀ ਪੀਜ਼ਾ ਅਤੇ ਆਹ 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 ਚੀਜ਼ ਵਧੀਆ ਲੱਗਦੀ ਹੈ ਖਾ ਕੇ ਦੇਖਦੇ ਆਹ ਚੀਜ਼ ਖਾਂਦੇ ਆਹ ਲੈ ਖਾਣ ਵਾਸਤੇ ਆਪਾਂ ਨੇ 59 ਰੁਪਈਆਂ ਦਾ ਅਤੇ ਇਹਨੂੰ ਆਪਾਂ ਉਰੇ ਕਰਾਂਗੇ ਗਰਮ ਉਰੇ ਖਾਣ ਵਾਸਤੇ ਵੀ ਬਣਿਆ ਸਿਸਟਮ ਦੇਖੋ ਆਹ ਮਾਈਕਰੋਵੇਵ ਹੈ ਇਹ 'ਚ ਆਪਾਂ ਗਰਮ ਕਰਾਂਗੇ ਪਹਿਲਾਂ ਸੋ ਕੁਛ ਨਹੀਂ ਕਰਨਾ ਖੋਲ੍ਹਣਾ ਇਹਨੂੰ ਅਤੇ ਬਸ ਇਹਦੇ ਵਿੱਚ ਆਪਾਂ ਨੇ ਰੱਖਦਾ ਹੀ ਤੁਸੀਂ ਲਿਫਾਫਾ ਅਤੇ ਫਿਰ ਇਹ ਤਾਂ ਰੱਖ ਟਾਈਮ ਦੇ ਤਾ ਇਹਨੂੰ ਘੁਮਾਤਾ ਗੇਟ ਜਿਹਾ ਬਸ ਹੁਣ ਥੋੜ੍ਹਾ ਜਿਹਾ ਟਾਈਮ ਲੱਗੂਗਾ 15-20 ਸਕਿੰਟ ਅਤੇ ਗਰਮ ਹੋ ਕੇ ਆਜੂਗਾ ਫਿਰ ਉਰੇ ਬਹਿ ਕੇ ਆਪਾਂ ਖਾ ਲਾਂਗੇ ਅਤੇ ਜੇ ਤੁਸੀਂ ਇੱਥੋਂ ਚਿਕਨ ਖਰੀਦਦੇ ਹੋ ਤਾਂ ਉਹਦੀ ਪੇਮੈਂਟ ਤੁਹਾਨੂੰ ਇਕੱਠੀ ਹੈ ਮੇਨ ਕਾਊਂਟਰ 'ਤੇ ਕਰਨੀ ਹੁੰਦੀ ਹੈ ਸਟੀਕਰ ਜਿਹਾ ਲਾ ਕੇ ਦੇ ਦਿੰਦੇ ਨੇ ਪਰ ਉਰੇ ਖਾਣ ਵਾਲੀ ਚੀਜ਼ ਹੈ ਤਾਂ ਕਰਕੇ ਇਹਨਾਂ ਨੇ ਉਰੇ ਪੈਸੇ ਲਏ ਨੇ ਵੀ ਦੇਖੋ ਖਾ ਰਹੇ ਨੇ ਸਾਰੇ ਬਹਿ ਕੇ ਤਾਜਿਕਸਤਾਨ ਸ਼ਾਹਰੁਖ ਖਾਨ ਸਲਮਾਨ ਖਾਨ ਸ਼ਾਹਰੁਖ ਖਾਨ ਆਈ ਲਵ ਇੰਡੀਆ ਇੰਡੀਆ ਆਈ ਏਮ ਇੰਡੀਆ ਇੰਡੀਆ ਵਿਚ ਇਜ਼ ਯੂਅਰ ਫੇਵਰਿਟ ਸੌਂਗ ਹਿੰਦੀ ਸੌਂਗ ਹਿੰਦੀ ਸੌਂਗ ਜਿਮੀ ਜਿਮੀ ਇਹ ਜਿਮੀ ਇਹ ਤੇ ਮਿਥੁਨ ਚੱਕਰਵਰਤੀ ਆ ਮਿਥੁਨ ਚੱਕਰਵਰਤੀ ਦੱਸ ਵੀ ਦੋ ਤੇ ਆਪਣੀ ਬਾਬੇ ਤਾਜਿਕਸਤਾਨ ਵਾਲੀ ਸੀ ਬੀਬੀਆਂ ਤੇ ਇਹਨਾਂ ਨੂੰ ਬੜੇ ਪਸੰਦ ਨੇ ਹਿੰਦੀ ਜੇ ਤਾਜਿਕਸਤਾਨ ਚ ਗਿਆ ਨਾ ਉਦੋਂ ਤੁਹਾਨੂੰ ਦਿਖਾਉਂਗਾ ਮੈਂ ਕਰਤੱਬ ਪੂਰੇ ਪੂਰਾ ਗਰਮ ਕਰਤਾ ਯਾਰ ਮੈਂ ਜਮਾਂ ਧੂੜ ਕੱਢਤੀ ਅਤੇ ਉਰੇ ਮਿੱਠਣ ਦੇ ਬਹੁਤ ਫੈਨ ਨੇ ਮਿੱਠਣ ਦੇ ਤੁਹਾਡੇ 'ਚੋਂ ਕਿਹੜਾ ਕਿਹੜਾ ਫੈਨ ਕਮੈਂਟ ਕਰੀਓ ਮੈਂ ਬਚਪਨ 'ਚ ਬੜੀਆਂ ਫਿਲਮਾਂ ਦੇਖੀਆਂ ਨੇ ਐਕਸ਼ ਕਿਉਂਕਿ ਮਿੱਠਣ ਹੁੰਦਾ ਸੀ ਜਿਹੜਾ ਗੁੰਡਿਆਂ ਨੂੰ ਬਹੁਤ ਕੁੱਟਿਆ ਕਰਦਾ ਤਾਂ ਬਚਪਨ 'ਚ ਥ੍ਰਿਲਰ ਫਿਲਮਾਂ ਪੂਰੀਆਂ ਲੜਾਈ ਲੜੂਈਆਂ ਨੂੰ ਦੇਖਣ ਦਾ ਸ਼ੌਂਕ ਹੁੰਦਾ ਸੀ ਸੋ ਆਪਾਂ ਖਾਂਦੇ ਹਾਂ ਫਿਰ ਚੱਲਦੇ ਹਾਂ ਇੱਥੋਂ ਲੈ ਵੈਲੀ ਆਪਾਂ ਲਏ ਸਮਾਨ ਸਾਰਾ ਕੁਛ ਅਤੇ ਪਵਨ ਜੀ ਆਪਣੇ ਸਲੂਨ 'ਚ ਕੰਮ ਕੀਤਾ ਹੋਇਆ ਹੈ ਪਵਨ ਜੀ ਕੰਮ ਤਾਂ ਸਿੱਖ ਕੇ ਤੇਰੇ ਰਹਿ ਗਏ ਬੰਦੇ ਬਹੁਤ ਕਤਰੇ ਮੈਂ ਗੇਮ 'ਚ ਹੀ ਬੜੇ ਕਤਰੇ ਨੇ ਉਹ ਤੋਂ ਹੀ ਸਿੱਖ ਗਏ ਅਨਬੋਕਸਿੰਗ ਕਰਤੀ ਹੈ ਡੱਬਾ ਸਾਡੇ ਕੋਈ ਕੰਮ ਦਾ ਨਹੀਂ ਕਿਸੇ ਵੀ ਚੀਜ਼ ਦਾ ਡੱਬਾ ਪਵਨ ਜੀ ਆਪਣੇ ਕੋਈ ਕੰਮ ਦਾ ਨਹੀਂ ਚਾਹੀਦਾ ਹੋਇਆ ਦੱਸ ਦਿਓ ਤੁਸੀਂ ਲੈ ਕੇ ਇੱਥੇ ਰੱਖ ਦਾਂਗੇ ਹਾਂ ਜੇ ਚਾਹੀਦਾ ਹੋਇਆ ਇੱਥੋਂ ਤੁਸੀਂ ਚੱਕ ਸਕਦੇ ਹੋ ਦਰਖਤ ਕੋਲੇ ਰੱਖ ਦਾਂਗੇ ਫਿਰ ਦਰਖਤ ਕੋਲੇ ਤਾਂ ਰੱਖ ਕੇ ਨਹੀਂ ਜਾਂਦੇ ਯਾਰ ਇੰਨਾ ਸੋਹਣਾ ਦੇਸ਼ ਹੈ ਹੁਣ ਅਸੀਂ ਦਰਖਤ ਕੋਲੇ ਰੱਖਾਂਗੇ ਇਹਨਾਂ ਨੂੰ ਸਾਰੇ ਸਮਾਨ ਨੂੰ ਡਸਟਬਿਨ 'ਚ ਦੇ ਦਾਂਗੇ ਅਸੀਂ ਜਾਂਦੇ ਹੋਏ ਬਸ ਅਤੇ ਪਵਨ ਜੀ ਪੀਣਗੇ ਹੁਣ ਦੁੱਧ ਲਓ ਪੂਰੀ ਬੀਅਰ ਵਾਲੀ ਫੀਲਿੰਗ ਆਈ ਬੋਤਲ 'ਚ ਦੁੱਧ ਪੀਨਾ ਤੂੰ ਬਸ ਯਾਰ ਬਲੌਗ ਇੰਨਾ ਕੁ ਸੀ ਅੱਜ ਦਾ ਉਮੀਦ ਹੈ ਵਧੀਆ ਲੱਗਿਆ ਹੋਣਾ ਜੇ ਵਧੀਆ ਲੱਗਿਆ ਲਾਈਕ ਕਰੀਓ ਸ਼ੇਅਰ ਕਰੀਓ ਜੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ